ਗਰੀਬ ਅਤੇ ਲੋੜਵੰਦ ਮਰੀਜ਼ਾਂ ਲਈ ਬਹੁਤ ਹੀ ਖੁਸ਼ੀ ਦੀ ਖਬਰ ਬੰਗਾ ਨੇੜੇ ਪਿੰਡ ਥਾਂਦੀਆਂ ਵਿਖੇ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਕਰਦਾ ਹੈ ਬਾਕੀ ਹਸਪਤਾਲਾਂ ਨਾਲੋਂ ਅੱਧੇ ਰੇਟਾਂ ਦੇ ਇਲਾਜ। ਹਸਪਤਾਲ ਦਾ ਦੌਰਾ ਕਰਨ 'ਤੇ ਡਾਕਟਰ ਬਲਬੀਰ ਬੱਲ ਅਤੇ ਡਾਕਟਰ ਨਾਮਦੇਵ ਬੰਗਣ ਨੇ ਸਹੂਲਤਾਂ ਬਾਰੇ ਦੱਸਿਆ। ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ, ਆਓ ਦੇਖਦੇ ਹਾਂ ਰਿਪੋਰਟਰ ਕਾਲਾ ਕਟਾਰੀਆ ਦੀ ਵਿਸ਼ੇਸ਼ ਰਿਪੋਰਟ। ਅਸੀਂ ਪਹੁੰਚੇ ਹਾਂ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਐਜੂਕੇਸ਼ਨ ਟਰੱਸਟ ਥਾਂਦੀਆਂ ਨੇੜੇ ਬੰਗਾ। ਉਹ ਦਿਖਾਉਂਦੇ ਹਾਂ ਅਤੇ ਅਨਗੋਲਿਆ ਹੋਸਪਿਟਲ ਜਿਹੜਾ ਇੱਥੇ ਕੀ ਫੈਸਿਲਿਟੀਆਂ ਗਰੀਬ ਲੋਕਾਂ ਨੂੰ ਮਿਲਦੀਆਂ ਹੈਗੀਆਂ। ਕੋਸ਼ਿਸ਼ ਕਰਾਂਗੇ ਆਪਾਂ ਇੱਥੇ ਦੇ ਟਰੱਸਟੀ ਡਾਕਟਰ ਸਾਹਿਬ ਨਾਲ ਗੱਲ ਕਰਨ ਦੀ। ਸੋ ਆਪਾਂ ਅੰਦਰ ਜਾ ਕੇ ਦੇਖਦੇ ਹਾਂ। ਸੋ ਇਹ ਥਾਂਦੀਆਂ ਤੋਂ ਤੁਸੀਂ ਦੇਖ ਰਹੇ ਹੋ, ਇਹ ਰਿਸੈਪਸ਼ਨ ਹੈਗੀ ਆ, ਇੱਥੇ ਪਰਚੀ ਵਰਗਾ ਬਣਾਈ ਜਾਂਦੀ ਹੈਗੀ ਆ। ਸੋ ਤੁਸੀਂ ਦੇਖ ਸਕਦੇ ਹੋ। ਸੋ ਇੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ 'ਤੇ, ਕੀ ਨਾਮ ਸਰ ਤੁਹਾਡਾ? ਮੇਰਾ ਨਾਮ ਡਾਕਟਰ ਬੱਲ ਹੈਗਾ ਜੀ। ਅੱਛਾ ਜੀ ਸਰ, ਇੱਥੇ ਕਿਹੜੀ ਕਿਹੜੀ ਫੈਸਿਲਿਟੀ ਹੈਗੀ ਆ? ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਹੈਗੀ ਆ ਜੀ। ਇੱਥੇ 24 ਆਵਰ ਐਮਰਜੈਂਸੀ ਹੈਗੀ ਆ, ਅਟੈਂਡ ਕਰਦੇ ਪਏ ਹਾਂ ਜੀ। ਜੀ, ਬਾਕੀ ਸਾਡੇ ਆਈ ਡਿਪਾਰਟਮੈਂਟ ਹੈਗਾ ਜੀ। ਹਾਂ, ਅੱਖਾਂ ਦਾ ਆਈ ਦਾ ਡਿਪਾਰਟਮੈਂਟ ਹੈਗਾ। ਇਹਦੇ ਵਿੱਚ ਜਿਹੜਾ ਹੈਗਾ, ਅਸੀਂ ਆਈ ਚੈੱਕਅਪ ਤੋਂ ਇਲਾਵਾ, ਆਈ ਚੈੱਕਅਪ ਤੋਂ ਲੈ ਕੇ ਅਸੀਂ ਸਰਜਰੀ ਤੱਕ, ਲੇਜ਼ਰ ਸਰਜਰੀ, ਲੇਸਿਕ ਸਰਜਰੀ, ਠੀਕ ਹੈ ਜੀ, ਔਰ ਹਰ ਤਰ੍ਹਾਂ ਦੇ ਜਿਹੜੇ ਲੈਂਸ ਜਿਹੜੇ ਓਪਰੇਟ ਕਰਦੇ ਹੈਗੇ ਹਾਂ। ਉਹਦੇ ਨਾਲ ਦੀ ਨਾਲ ਫਿਰ ਸਾਡਾ ਡੈਂਟਲ ਦਾ ਡਿਪਾਰਟਮੈਂਟ ਹੈਗਾ। ਓਕੇ, ਡੈਂਟਲ ਦੇ ਵਿੱਚ ਹਰ ਤਰ੍ਹਾਂ ਦੇ ਨਵੇਂ ਦੰਦ ਲਗਾਏ ਵੀ ਜਾਂਦੇ ਆ, ਕੱਢੇ ਵੀ ਜਾਂਦੇ ਆ, ਬਾਕੀ ਦੰਦਾਂ ਦੀ ਹਰ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈਗੀ ਉਹ ਸੋਲਵ ਕਰਦੇ। ਕਿੰਨੀ ਕੁ ਕੋਸਟ ਜਾਬ ਲੱਗ ਜਾਂਦੀ ਆ? ਕੋਸਟ ਬਹੁਤ ਘੱਟ ਹੈਗੀ ਆ ਜੀ, ਦੂਸਰੇ ਲੋਕਾਂ ਨਾਲੋਂ ਸਾਡਾ ਹਾਫ ਤੋਂ ਵੀ ਘੱਟ ਹੈਗੇ ਚਾਰਜਸ ਹੈਗੇ ਆ। ਮਤਲਬ ਹਰ ਗਰੀਬ ਵਾਸਤੇ, ਹਰ ਗਰੀਬ ਵਾਸਤੇ ਵਧੀਆ ਚੀਜ਼ ਹੈਗੀ ਆ ਇਹ। ਸਭ ਤੋਂ ਬੈਸਟ ਟ੍ਰੀਟਮੈਂਟ ਜਿਹੜਾ ਹੈਗਾ ਆ, ਔਰ ਸਸਤਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਇੱਥੇ ਅਸੀਂ ਦਿੱਤਾ ਜਾ ਰਿਹਾ ਹੈਗਾ ਸਾਰਿਆਂ ਨੂੰ। ਅਤੇ ਬਾਕੀ ਸਾਡੇ ਡਾਕਟਰ ਨਾਮਦੇਵ ਬੰਗੜ ਜੀ ਹੈਗੇ ਆ, ਇਹ ਚਮੜੀ ਦਾ ਅਤੇ ਟਿਊਬਰ ਗਲੋਸਿਸ ਜਿਹੜੀ TB ਹੈਗੀ ਆ ਉਹਦੇ ਸਪੈਸ਼ਲਿਸਟ ਹੈਗੇ ਆ, ਉਹਦਾ ਟ੍ਰੀਟਮੈਂਟ ਦਿੰਦੇ ਹੈਗੇ ਆ। ਬਾਕੀ ਮੈਂ ਡਾਕਟਰ BSWAL MD ਇਲੈਕਟ੍ਰੋਮੋਪੈਥੀ ਮੈਡੀਸਨ, ਔਰ ਮੈਂ ਹਰ ਤਰ੍ਹਾਂ ਦੀ ਜਿਹੜੀ ਜਨਰਲ ਬਿਮਾਰੀਆਂ ਹੈਗੀਆਂ ਜੀ ਜੀ, ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਆਪਾਂ ਇੱਥੇ ਦਿੰਦੇ ਹੈਗੇ ਹਾਂ, ਠੀਕ ਹੈ ਜੀ। ਇਹ ਸਾਡੇ ਮਿਲਦੇ ਨੇ ਟਰੱਸਟ ਦੇ ਪ੍ਰਧਾਨ ਨੂੰ, ਪ੍ਰਧਾਨ ਸ਼੍ਰੀ ਡਾਕਟਰ ਨਾਮਦੇਵ ਬੰਗੜ ਜੀ, MBBS PCMS ਹੈਗੇ ਆ, ਸੀਨੀਅਰ ਮੈਡੀਕਲ ਅਫਸਰ ਰਹੇ ਨੇ, ਸ਼ਾਇਦ ਸੁਜੋ ਰਹੇ। ਸੋ ਆਪਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਫੈਸਿਲਿਟੀਆਂ ਗਰੀਬ ਆਦਮੀ ਕਿੱਦਾਂ ਲਾਭ ਉਠਾ ਸਕਦਾ ਹੈ। ਪਹਿਲਾਂ ਤੁਹਾਨੂੰ ਅਸੀਂ ਕਮਰੇ ਦੀ ਝਾਤੀ ਮਰਵਾ ਦਈਏ। ਸੋ ਵਾਹਿਗੁਰੂ ਜੀ ਦਾ ਸਰੂਪ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ। ਸੋ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ, ਇਹ ਡਾਕਟਰ ਸਾਹਿਬ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ। ਸੋ ਸੁਜੋਂ ਵਿਖੇ ਸਿਵਲ ਸਰਜਨ ਰਹੇ ਨੇ। ਸੋ ਨਾਮ ਤੁਸੀਂ ਜਾਣਦੇ ਹੋਵੋਗੇ, ਗੱਲ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਕਿਹੜੀ ਕਿਹੜੀ ਫੈਸਿਲਿਟੀ ਇੱਥੇ ਮਿਲਦੀ ਆ? ਇੱਥੇ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਜਨਰਲ ਮੈਡੀਸਨ ਜਿਹੜੀ ਹੈਗੀ ਆ ਉਹਦੀ ਹੈਗੀ ਆ, ਅਤੇ ਅੱਖਾਂ ਦੇ ਵਾਸਤੇ, ਔਰ ਜਨਰਲ ਮੈਡੀਸਨ ਜਿਸ ਤਰ੍ਹਾਂ ਹੁਣ ਡਾਕਟਰ ਸਾਹਿਬ ਵੀ ਹੈਗੇ, ਆਯੁਰਵੈਦਿਕ ਮੈਡੀਸਨ ਹੋਮਿਓਪੈਥੀ ਵਾਲੀ ਹੈ, ਉਹ ਸਾਰੀ ਫੈਸਿਲਿਟੀ ਹੈ। ਫਿਜ਼ੀਓਥੈਰੇਪੀ ਸਾਡੇ ਚੱਲ ਰਹੀ ਹੈ ਬੜੀ ਵਧੀਆ, ਅਤੇ ਡੈਂਟਲ ਵਿੰਗ ਹੈਗਾ ਬਹੁਤ ਅੱਛਾ, ਡਾਕਟਰ ਸਾਹਿਬ ਸਾਡੇ ਇੱਥੇ ਕੰਮ ਕਰਦੇ ਹੈਗੇ ਆ ਲਗਾਤਾਰ। ਮੈਂ TB ਦੇ ਨਾਲ ਸੰਬੰਧਿਤ ਔਰ ਜਨਰਲ ਪੇਸ਼ੈਂਟ ਮੈਂ ਚੈੱਕ ਕਰਦਾ ਹੈਗਾ, ਔਰ ਇਸ ਤੋਂ ਇਲਾਵਾ ਐਮਰਜੈਂਸੀ ਸਾਡੇ 24 ਘੰਟੇ ਚੱਲ ਰਹੀ ਹੈ ਜੀ, ਔਰ ਜਿਹੜੀ ਰਿਸੈਪਸ਼ਨ 'ਤੇ ਹੈ ਉਹ ਹਰ ਤਰ੍ਹਾਂ ਦੇ ਜਿੱਦਾਂ ਦੇ ਵੀ ਮਰੀਜ਼ ਆਉਂਦੇ ਪਹਿਲਾਂ ਉਹਨਾਂ ਨੂੰ ਅਸੀਂ ਮਤਲਬ ਅਟੈਂਡ ਕੀਤਾ ਜਾਂਦਾ। ਐਮਰਜੈਂਸੀ ਹੈ, ਕਿਸੇ ਤਰ੍ਹਾਂ ਦੀ ਵੀ ਐਮਰਜੈਂਸੀ ਆਈ ਅਤੇ ਕਿਸੇ ਟਾਈਮ ਵੀ ਆਉਂਦੀ ਆ ਅਸੀਂ ਅਟੈਂਡ ਕਰਦੇ ਹਾਂ। ਐਕਸਰੇ ਦੀ ਫੈਸਿਲਿਟੀ ਸਾਡੇ ਕੋਲ ਹੈ,
ਔਰ ਮਾਈਨਰ ਓਟੀ ਆ ਜਨਰਲ ਜਿਹੜੀਆਂ ਛੋਟੀਆਂ ਮੋਟੀਆਂ ਸੱਟਾਂ ਵਗੈਰਾ ਉਹਦੇ ਵਾਸਤੇ ਐਮਰਜੈਂਸੀ ਸਾਡੀ ਬਹੁਤ ਅੱਛੀ ਚੱਲ ਰਹੀ ਹੈਗੀ ਆ। ਅਤੇ ਇਸ ਤੋਂ ਇਲਾਵਾ ਸਾਡੇ ਕੋਲ ਜਨਰਲ ਵਾਰਡ ਔਰ ਦੂਸਰਾ ਸਪੈਸ਼ਲ ਵਾਰਡ ਵੀ ਹੈਗਾ, ਲੇਡੀਜ਼ ਦਾ ਗਾਇਨੇਕੋਲੋਜੀ ਦਾ ਜਿਹੜਾ ਹੈਗਾ ਉਹ ਵੀ ਸਾਡੇ ਕੋਲ ਚੱਲ ਰਿਹਾ। ਕਿਸੇ ਤਰ੍ਹਾਂ ਦਾ ਵੀ ਮਰੀਜ਼ ਆ ਜਾਂਦਾ ਮਤਲਬ ਜੋ ਡਿਲੀਵਰੀ ਵਗੈਰਾ ਦੇ ਕੇਸ ਆ ਉਹ 24 ਘੰਟੇ ਆ ਸਕਦੇ ਆ, ਨਾਰਮਲ ਡਿਲੀਵਰੀ ਹੈ ਜੇ ਸਜੇਰੀਅਨ ਹੈ ਜਾਂ ਜਿਸ ਤਰ੍ਹਾਂ ਦੇ ਵੀ ਕੰਪਲੀਕੇਸ਼ਨ ਵਾਲਾ ਹੁੰਦਾ, ਅਸੀਂ ਕੁਛ ਡਾਕਟਰ ਜਿਹੜੇ ਹੈਗੇ ਉਹਨਾਂ ਨਾਲ ਕੰਟੈਕਟ ਕੀਤਾ, ਔਨ ਕਾਲ ਜਿਹੜੇ ਆ ਉਹ ਉਸੇ ਵੇਲੇ ਸਾਡੇ ਕੋਲ ਹਾਜ਼ਰ ਹੋ ਜਾਂਦੇ ਆ ਜੀ। ਅਤੇ ਬਾਕੀ ਕਾਲਾ ਕਟਾਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਰੂਰਲ ਹੋਸਪਿਟਲ ਫਰਾਲਾ ਤੁਹਾਡੇ ਗੁਆਂਢ ਜਿਹੜੇ ਆ ਉੱਥੇ ਕਾਫੀ ਮੈਂ ਸਰਵਿਸ ਕੀਤੀ ਹੈਗੀ ਆ, ਅਤੇ ਬਾਕੀ ਸੁਜੋਂ ਮੈਂ ਮੈਡੀਕਲ ਆਫਿਸਰ ਰਿਹਾ ਹੈਗਾ। ਇਸ ਤੋਂ ਬਾਅਦ ਮੈਂ ਮੁਕੇਰੀਆਂ ਤਹਿਸੀਲ ਦੇ ਵਿੱਚੋਂ ਹਾਜੀਪੁਰ PSC ਜਿਹੜਾ ਉੱਥੋਂ ਮੈਂ ਰਿਟਾਇਰ ਹੋਇਆ। ਉਸ ਤੋਂ ਬਾਅਦ ਫਿਰ ਮੈਂ ਗੁਰੂ ਮਹਾਰਾਜ ਦੇ ਜਿਹੜੇ ਆ ਇਹਨਾਂ ਦੇ ਨਾਲ ਇੱਥੇ ਅਟੈਚ ਹੋ ਗਿਆ। ਸੋ ਇਹ ਸਨ ਇਲਾਕੇ ਦੇ ਮਸ਼ਹੂਰ ਡਾਕਟਰ ਡਾਕਟਰ ਨਾਮਦੇਵ ਜੀ, ਤੁਸੀਂ ਇਹਨਾਂ ਦਾ ਪਿਛੋਕੜ ਜਾਣਦੇ ਹੋ ਕਿ ਉਹ ਬਰਾਲੋਂ ਤੋਂ ਨੇ, ਬਹੁਤ ਹੀ ਨੇਕ ਇਨਸਾਨ ਨੇ। ਉਹਨਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਚੈਰੀਟੇਬਲ ਹੋਸਪਿਟਲ ਜੋ ਥਾਂਦੀਆਂ ਵਿਖੇ ਖੁੱਲ੍ਹਿਆ ਹੋਇਆ ਉੱਥੇ ਕੀ ਸਹੂਲਤਾਂ ਨੇ, ਗਰੀਬ ਆਦਮੀ ਲਾਭ ਉਠਾ ਸਕਦਾ ਆ। ਸੋ ਇਹ ਹੁਣ ਤੁਹਾਡੀ ਮਰਜ਼ੀ ਆ ਕਿ ਤੁਸੀਂ ਲਾਭ ਉਠਾਉਣਾ ਕਿ ਨਹੀਂ ਉਠਾਉਣਾ, ਆਪਾਂ ਅੱਗੇ ਕੋਸ਼ਿਸ਼ ਕਰਦੇ ਹਾਂ। ਡਾਕਟਰ ਸਾਹਿਬ ਨੂੰ ਅਸੀਂ ਜੈ ਗੁਰਦੇਵ ਧੰਨ ਗੁਰਦੇਵ ਕਹਿੰਦੇ ਹਾਂ। ਸੋ ਅੱਗੇ ਦੇਖਦੇ ਹਾਂ ਕੀ ਫੈਸਿਲਿਟੀ ਹੈਗੀ ਆ। ਸੋ ਇਹ ਸਨ ਡਾਕਟਰ ਨਾਮਦੇਵ ਜੀ ਜੋ ਸਿਵਲ ਸਰਜਨ ਰਹੇ ਨੇ। ਸੋ ਇਹ ਆਪਾਂ ਫਿਜ਼ੀਓਥੈਰੇਪੀ ਵਿਭਾਗ, ਹਾਂ ਫਿਜ਼ੀਓਥੈਰੇਪੀ ਦਾ ਵੀ ਤੁਸੀਂ ਲਾਭ ਉਠਾ ਸਕਦੇ ਹਾਂ ਇੱਥੋਂ। ਤੁਸੀਂ ਦੇਖ ਲਓ ਇੰਸਟਰੂਮੈਂਟ ਪਏ ਹੈਗੇ ਆ ਸਾਰੇ। ਇਹ ਫਿਜ਼ੀਓਥੈਰੇਪੀ ਮਤਲਬ ਐਂਕੂਪ੍ਰੈਸ਼ਰ, ਫਿਜ਼ੀਓਥੈਰੇਪੀ ਅਲੱਗ ਚੀਜ਼ ਹੈ ਨਾ। ਤੁਸੀਂ ਦੇਖ ਰਹੇ ਹੋ ਕਿ ਕਿਸ ਢੰਗ ਦੇ ਇੱਥੇ ਇੰਸਟਰੂਮੈਂਟ ਜਿਹੜੇ ਆ ਇਹ ਤੁਹਾਡੀ ਸੇਵਾ ਲਈ ਖਰੀਦ ਕੇ ਰੱਖੇ ਹੋਏ ਨੇ ਕਿ ਤੁਸੀਂ ਇਸ ਦਾ ਲਾਭ ਉਠਾ ਸਕੋ। ਇਹ ਇੱਕ ਟਰੱਸਟ ਹੈਗਾ ਜੋ ਡਾਕਟਰ ਨਾਮਦੇਵ ਜੀ ਇਸ ਨੂੰ ਚਲਾਉਂਦੇ ਨੇ। ਸੋ ਬਹੁਤ ਵਧੀਆ ਹੋਸਪਿਟਲ ਦੀ ਸਫਾਈ ਜਾਂ ਕੁਛ ਵੀ ਤੁਸੀਂ ਦੇਖ ਸਕਦੇ ਹੋ, A1 ਕਲਾਸ ਦੀ ਹੈਗੀ ਆ। ਸੋ ਇਹ ਇੰਸਟਰੂਮੈਂਟ ਸਾਰੇ ਫਿਜ਼ੀਓਥੈਰੇਪਿਸਟ ਡਾਕਟਰ ਬਹਿੰਦੇ ਨੇ। ਸੋ ਉਹ ਇਹ ਇਲਾਜ ਕਰਦੇ ਨੇ ਤੁਹਾਡਾ, ਜੋ ਕੁਛ ਦਵਾਈਆਂ ਤੋਂ ਬਿਨਾਂ ਹੀ ਇਲਾਜ ਹੋ ਜਾਂਦਾ ਸ਼ਾਇਦ, ਹੈ ਨਾ। ਸੋ ਆਪਾਂ ਡਾਕਟਰ ਨਾਲ ਗੱਲ ਕਰਾਂਗੇ ਕਿ ਥੈਰੇਪੀ ਦੇ ਵਿੱਚ ਕੀ ਫੈਸਿਲਿਟੀਜ਼ ਜਿਹੜੀਆਂ ਹੈਗੀਆਂ ਉਹ ਮਰੀਜ਼ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਔਰ ਸਸਤੇ ਰੇਟ 'ਤੇ, ਸਸਤੇ ਕੀ ਹਾਫ ਰੇਟ 'ਤੇ। ਇਹ ਡੈਂਟਲ ਡਿਪਾਰਟਮੈਂਟ ਵੀ ਹੈ, ਤੁਸੀਂ ਦੇਖ ਸਕਦੇ ਹੋ। ਅਰੇ ਵਾਹ, ਗਰੀਬ ਲੋਕ ਫਾਇਦਾ ਲੈਣ, ਅਸੀਂ ਇਸ ਕਰਕੇ ਇਹ ਵੀਡੀਓ ਦਿਖਾ ਰਹੇ ਹਾਂ। ਸੋ ਡੈਂਟਿਸਟ ਸਾਹਿਬ, ਡੈਂਟਿਸਟ ਡਾਕਟਰ ਬਿੰਦਰ, ਓਕੇ। ਸੋ ਅਸੀਂ ਡੈਂਟਿਸਟ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ। ਤੁਸੀਂ ਆਲ ਫੈਸਿਲਿਟੀ ਅਵੇਲੇਬਲ ਡੈਂਟਲ ਪ੍ਰੋਬਲਮਸ, ਸਰ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਸਫਾਈ ਦਾ ਖਾਸ ਪ੍ਰਬੰਧ, ਇੰਸਟਰੂਮੈਂਟ ਤੁਸੀਂ ਦੇਖ ਸਕਦੇ ਹੋ। ਆਪਾਂ ਡਾਕਟਰ ਸਾਹਿਬ ਨੂੰ ਨਾਲ ਗੱਲ ਕਰਕੇ ਦੱਸਣੀ ਚਾਹੀਦੀ ਨਾ। ਹਾਂਜੀ ਸਰ, ਪਲੀਜ਼ ਆਪਣਾ ਨਾਮ। ਨਮਸਤੇ ਜੀ, ਮੇਰਾ ਨਾਮ ਡਾਕਟਰ ਰਵਿੰਦਰ ਰਲ ਅਤੇ ਮੈਂ ਆਪਣੀ BDS ਜਿਹੜੀ ਗ੍ਰੈਜੂਏਸ਼ਨ ਆ ਗੌਰਮੈਂਟ ਡੈਂਟਲ ਕਾਲਜ ਅੰਮ੍ਰਿਤਸਰ ਤੋਂ ਕੀਤੀ। ਸੋ ਇੱਥੇ ਮਰੀਜ਼ ਨੂੰ ਕਿਹੜੀ ਕਿਹੜੀ ਫੈਸਿਲਿਟੀ ਜਿਹੜੀ ਆ ਤੁਸੀਂ ਸਸਤੇ ਰੇਟ 'ਤੇ ਪ੍ਰੋਵਾਈਡ ਕਰਾਉਂਦੇ ਹੋ? ਹਾਂਜੀ, ਸਾਡਾ ਜਿਹੜਾ ਇੱਥੇ ਅਸੀਂ ਹਰ ਇੱਕ ਤਰ੍ਹਾਂ ਦੀ ਜੋ ਵੀ ਡੈਂਟਲ ਟ੍ਰੀਟਮੈਂਟ ਆ ਅਸੀਂ ਇੱਥੇ ਹਰ ਇੱਕ ਤਰ੍ਹਾਂ ਦੇ ਟ੍ਰੀਟਮੈਂਟ ਕੀਤੇ ਜਾਂਦੇ ਆ। ਡੈਂਟਲ ਸਰਜਰੀਜ਼ ਕੀਤੀਆਂ ਜਾਂਦੀਆਂ ਆ, ਫਿਲਿੰਗ, ਸਕੇਲਿੰਗ, ਦੰਦਾਂ ਦੀ ਪੋਲਿਸ਼ਿੰਗ ਅਤੇ ਨਵੇਂ ਡੈਂਚਰ ਆ ਜਿਹੜੇ ਪੁਰਾਣੇ ਜਿਹੜੇ ਫਿਕਸਡ ਅਤੇ ਰਿਮੂਵੇਬਲ ਦੋਨੋਂ ਟਾਈਪ ਦੇ ਜਿਹੜੇ ਇੱਥੇ ਲਗਾਏ ਜਾਂਦੇ ਆ। ਕੰਪਲੀਟ ਡੈਂਚਰ ਸਾਡੇ ਕੋਲ, ਜਿਹੜਾ ਅੱਜ ਕੱਲ੍ਹ ਲੇਟੈਸਟ ਮਟੀਰੀਅਲ ਆ ਫਲੈਕਸੀਬਲ ਡੈਂਚਰ ਆ ਜਿਹੜਾ, ਉਹ ਨਵੀਂ ਟੈਕਨੀਕ ਆਈ ਆ, ਅਸੀਂ ਉਹ ਵੀ ਡੈਂਚਰ ਆ ਜਿਹੜੇ ਇੱਥੇ ਪ੍ਰੋਵਾਈਡ ਕਰਦੇ ਹਾਂ। ਅਤੇ ਬਾਜ਼ਾਰ ਨਾਲੋਂ
ਵਧੀਆ ਅਤੇ ਸਸਤਾ ਹੈ ਜਿਹੜਾ ਉਹ ਇਲਾਜ ਕੀਤਾ ਜਾਂਦਾ। ਜੇ ਮੰਨ ਲਓ ਬਾਜ਼ਾਰ ਦੇ ਵਿੱਚ ਜਾਂ ਬਾਕੀ ਡੈਂਟਿਸਟ ਦੇ ਕੋਲ ਤੁਹਾਡਾ ਟ੍ਰੀਟਮੈਂਟ ਹੈ, ਜੇ 20-25 ਹਜ਼ਾਰ ਦਾ ਟ੍ਰੀਟਮੈਂਟ ਹੋਣਾ ਆ, ਤਾਂ ਇੱਥੇ ਸਾਡੇ ਕੋਲ ਉਹ ਅਪਰੋਕਸੀਮੇਟਲੀ ਮਤਲਬ 15-16 ਹਜ਼ਾਰ ਦੇ ਵਿੱਚ ਹੈ ਜਿਹੜਾ ਉਹ ਤੁਹਾਡਾ ਜਿਹੜਾ ਟ੍ਰੀਟਮੈਂਟ ਹੈ ਉਹ ਕੰਪਲੀਟ ਹੋ ਜਾਂਦਾ। ਹਾਂਜੀ, ਅਤੇ ਸਾਡੇ ਕੋਲ ਡਿਜੀਟਲ ਐਕਸਰੇ ਲੈਪਟੋਪ ਦੇ ਨਾਲ ਅਤੇ ਡਿਜੀਟਲ ਐਕਸਰੇ ਵੀ ਆ ਅਤੇ RPG ਦੀ ਫੈਸਿਲਿਟੀ ਵੀ ਹੈ। ਇਹ ਲੋੜਵੰਦ ਅਤੇ ਗਰੀਬ ਲੋਕਾਂ ਲਈ ਬ੍ਰੇਕਿੰਗ ਨਿਊਜ਼ ਆ ਕਿ ਜੋ ਇਨਸਾਨ, ਜੋ ਬੀਬੀਆਂ ਜਾਂ ਬਜ਼ੁਰਗ ਇੱਕ ਜਾਬ ਲਵਾਉਣਾ ਚਾਹੁੰਦੇ ਆ, ਜਿਹੜਾ 20-25 ਹਜ਼ਾਰ 30-30 ਹਜ਼ਾਰ ਰੁਪਈਆ ਪ੍ਰਾਈਵੇਟ ਹੋਸਪਿਟਲਾਂ ਵਿੱਚ ਠੱਗਿਆ ਜਾਂਦਾ, ਇਹ ਟਰੱਸਟੀ ਹੋਸਪਿਟਲ ਹੈ, ਇੱਥੇ ਤੁਹਾਨੂੰ ਉਹ 10-12 15-16 ਐਜ਼ ਏ ਕੁਆਲਿਟੀ ਦੇ ਹਿਸਾਬ ਨਾਲ ਤੁਹਾਨੂੰ ਉਹ ਮਿਲ ਸਕਦਾ। ਅਸੀਂ ਡਾਕਟਰ ਸਾਹਿਬ ਨੇ ਤੁਹਾਨੂੰ ਇੰਸਟਰੂਮੈਂਟ ਦਿਖਾਇਆ, ਡਾਕਟਰ ਸਾਹਿਬ ਇਹ ਇੰਸਟਰੂਮੈਂਟ ਕਿਹੜੇ ਕੰਮ ਆਉਂਦਾ? ਹਾਂਜੀ, ਇਹ ਡਿਜੀਟਲ ਐਕਸਰੇ ਆ, ਠੀਕ ਹੈ ਜੀ। ਇਹ ਤੇ ਇਹ ਜੋ ਹੈ ਮੂਵੇਬਲ ਐਕਸਰੇ ਮਸ਼ੀਨ ਹੈ ਸਾਡੇ ਕੋਲ, ਠੀਕ ਹੈ ਜੀ। ਇਹ ਲੇਟੈਸਟ ਟੈਕਨੀਕ ਹੈ, ਇਹ ਅਸੀਂ ਜਿੱਦਾਂ ਪੇਸ਼ੈਂਟ ਹੈ ਇੱਥੇ ਬੈਠਾ ਹੋਇਆ, ਅਤੇ ਜਿੱਦਾਂ ਤੁਸੀਂ ਦੇਖਿਆ ਹੁੰਦਾ ਕਿ ਐਕਸਰੇ ਪੂਰੀ ਮਸ਼ੀਨ ਹੁੰਦੀ ਆ, ਕਿ ਪੇਸ਼ੈਂਟ ਨੂੰ ਸਾਨੂੰ ਚੇਅਰ ਤੋਂ ਉਠਾ ਕੇ ਇੱਥੇ ਲੈ ਕੇ ਜਾਣਾ ਪੈਂਦਾ ਐਕਸਰੇ ਕਰਨ ਦੇ ਲਈ। ਇਹ ਹੈ ਜੋ ਮੂਵੇਬਲ ਐਕਸਰੇ ਮਸ਼ੀਨ ਹੈ, ਇਹ ਅਸੀਂ ਜਿੱਦਾਂ ਇੱਥੇ ਪੇਸ਼ੈਂਟ ਬੈਠਾ ਹੋਇਆ, ਅਤੇ ਉਹਦੇ ਅਸੀਂ ਇੱਦਾਂ ਮੂੰਹ ਦੇ ਨਾਲ ਲਗਾ ਕੇ ਜਿੱਥੇ ਵੀ ਅਸੀਂ ਐਕਸਰੇ ਕਰਨਾ, ਜਿਸ ਵੀ ਦੰਦ ਦਾ ਉਸ ਏਰੀਏ ਦੇ ਨੂੰ ਰੱਖ ਕੇ ਉਦਾਂ ਹੀ ਜਿਹੜਾ ਜਾਣ ਕੇ 2 ਸੈਕਿੰਡ ਦੇ ਵਿੱਚ ਆ ਜਿਹੜਾ ਐਕਸਰੇ ਆ ਤੁਹਾਡਾ ਇਹ ਲੈਪਟੋਪ 'ਤੇ ਕਲੀਅਰ ਹੋ ਜਾਂਦਾ। ਇਹਨੂੰ ਲੈਪਟੋਪ ਦੇ ਨਾਲ ਕਨੈਕਟ ਕਰਕੇ ਆਪਾਂ ਐਕਸਰੇ ਕਰਦੇ ਹਾਂ। ਐਨਰਜੀ ਹੈ ਧੰਨਵਾਦ ਡਾਕਟਰ ਸਾਹਿਬ, ਤੁਸੀਂ ਸਾਨੂੰ ਜਿਹੜੇ ਲੋੜਵੰਦ ਅਤੇ ਗਰੀਬ ਲੋਕ ਆ ਉਹਨਾਂ ਨੂੰ ਇਲਾਜ ਲਈ ਕਿੱਦਾਂ ਕਿੱਦਾਂ ਫਾਇਦਾ ਲੈ ਸਕਦੇ ਆ ਤੁਸੀਂ ਦੱਸਿਆ, ਅਸੀਂ ਅੱਗੇ ਦੇਖਦੇ ਹਾਂ। ਸੋ ਆਪਾਂ ਅੱਗੇ ਤੁਹਾਨੂੰ ਦਿਖਾਵਾਂਗੇ ਆਈ ਡਿਪਾਰਟਮੈਂਟ। ਸੋ ਆਈ ਡਿਪਾਰਟਮੈਂਟ ਦਵਾਈਆਂ ਦੀ ਫੈਸਿਲਿਟੀ ਵੀ ਇੱਥੇ ਅਵੇਲੇਬਲ ਹੈਗੀ ਹੈ, ਜਿਹਨੂੰ ਮੈਡੀਕਲ ਸਟੋਰ ਆਪਾਂ ਕਹਿੰਦੇ ਹੈਗੇ ਹਾਂ। ਸੋ ਵੈਰੀ ਨਾਈਸ। ਸੋ ਇਹ ਆਈ ਸਰਜਨ ਇੱਥੇ ਬੈਠਦੇ ਨੇ, ਤੁਸੀਂ ਮਸ਼ੀਨਾਂ ਦੇਖ ਸਕਦੇ ਹੋ ਕਿ ਇੱਥੇ ਐਨਕਾਂ ਵਗੈਰਾ ਜਾਂ ਅੱਖਾਂ ਦੇ ਲੈਂਜ਼ ਵਗੈਰਾ ਵੀ ਜਿਹੜੇ ਚੇਂਜ ਕੀਤੇ ਜਾਂਦੇ ਨੇ। ਡਾਕਟਰ ਸਾਹਿਬ ਅੱਛਾ, ਡਾਕਟਰ ਸਾਹਿਬ ਅਵੇਲੇਬਲ ਨਹੀਂ ਹੈਗੇ। ਸੋ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਤੁਹਾਨੂੰ ਇੱਥੋਂ ਦੀਆਂ ਜੋ ਵੀ ਲੇਟੈਸਟ ਟੈਕਨੋਲੋਜੀ ਨਾਲ ਟ੍ਰੀਟਮੈਂਟ ਬੜੇ ਬੜੇ ਹੋਸਪਿਟਲਾਂ ਦੇ ਵਿੱਚ ਤੁਹਾਡੇ ਕੋਲੋਂ ਲੱਖਾਂ ਰੁਪਈਆ ਲੈ ਕੇ ਉਹ ਕੀਤਾ ਜਾਂਦਾ ਹੈਗਾ ਆ। ਸੋ ਉਹੀ ਫੈਸਿਲਿਟੀ ਸਾਰੀ ਇੱਥੇ ਤੁਹਾਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਚੈਰੀਟੇਬਲ ਹੋਸਪਿਟਲ ਵਿਖੇ ਬਿਲਕੁਲ ਹਾਫ ਰੇਟ 'ਤੇ, ਬਾਜ਼ਾਰ ਨਾਲ ਹਾਫ ਰੇਟ 'ਤੇ ਮਿਲ ਰਹੀ ਆ। ਇਹ ਟੈਕਨੀਕ ਤੁਸੀਂ ਦੇਖ ਸਕਦੇ ਹੋ, ਸਾਰੀਆਂ ਲੇਟੈਸਟ ਮਸ਼ੀਨਾਂ ਨੇ। ਸੋ ਆਈ ਸਰਜਨ ਬੈਠਦੇ ਨੇ, ਤੁਸੀਂ ਦੇਖ ਸਕਦੇ ਹੋ ਲੈਂਸ, ਮਾਈਕਰੋਸਕੋਪੀ, ਆਈ ਅੱਖਾਂ ਦੀ ਟੈਸਟ ਕਰਨ ਦੀ ਮਸ਼ੀਨ ਜਿਹੜੀ ਹੈਗੀ ਆ ਕਾਫੀ ਲੇਟੈਸਟ ਦਿਖ ਰਹੀ ਹੈ। ਸੋ ਤੁਸੀਂ ਇਸ ਤੋਂ ਕਿੰਨਾ ਕੁ ਫਾਇਦਾ ਉਠਾਉਣਾ ਆ ਇਹ ਤੁਹਾਡੀ ਮਰਜ਼ੀ ਆ, ਸਾਡਾ ਫਰਜ਼ ਹੈ ਤੁਹਾਨੂੰ ਇੰਟਰੋਡਿਊਸ ਕਰਾਉਣਾ ਕਿ ਇੱਥੇ ਥਾਂ ਦੀਆਂ ਨੇੜੇ ਬੰਗਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਚੈਰੀਟੇਬਲ ਹੋਸਪਿਟਲ ਇਹ
ਇਹ ਮੈਡੀਸਨ ਮੈਡੀਕਲ ਸਟੋਰ ਵੀ ਇੱਥੇ ਉਪਲਬਧ ਹੈਗਾ। ਹਾਂ ਸੋ ਤੁਸੀਂ ਦੇਖ ਸਕਦੇ ਹੋ, ਸੋ ਅਸੀਂ ਉਹਨਾਂ ਨੂੰ ਡਿਸਟਰਬ ਤਾਂ ਨਹੀਂ ਕਰਾਂਗੇ, ਡੋਂਟ ਵਰੀ ਪਲੀਜ਼। ਸੋ ਅਸੀਂ ਥੋੜ੍ਹੀ ਜਿਹੀ ਇਹ ਮੈਡੀਕਲ ਸਟੋਰ ਹੈਗਾ ਆ, ਬਾਕੀ ਤੁਹਾਨੂੰ ਅਸੀਂ ਬਾਰ ਵੱਲ ਜਾਂ ਕੋਈ ਹੋਰ ਵੀ ਫੈਸਿਲਿਟੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਦਾਨੀ ਸੱਜਣ ਨੇ 10,000 ਤੋਂ ਉੱਪਰ ਵਾਲੇ ਜਿਨ੍ਹਾਂ ਨੇ ਦਾਨ ਕੀਤਾ ਉਹਨਾਂ ਦੀ ਲਿਸਟ ਲੱਗੀ ਹੋਈ ਆ। ਸੋ ਧੰਨ ਹੈ ਲੋਕ ਜਿਨ੍ਹਾਂ ਨੇ ਗਰੀਬ ਲੋਕਾਂ ਨੂੰ ਹੋਸਪਿਟਲ ਖੋਲ੍ਹ ਕੇ ਦਿੱਤਾ। ਇਹ ਵੀਲ ਚੇਅਰ ਪਈਆਂ ਨੇ ਜਿਹੜੀਆਂ ਮਰੀਜ਼ ਨੂੰ ਉਹਦੇ ਕਮਰੇ ਤੱਕ ਜਾਂ ਡਾਕਟਰ ਤੱਕ ਪ੍ਰੋਵਾਈਡ ਕਰਵਾਉਂਦੀਆਂ ਨੇ, ਇਹ OPD। ਸੋ ਅਤੇ ਉਹ ਜਿਹੜੀ ਇੰਸਟਰੂਮੈਂਟ ਲੱਗਾ ਹੋਇਆ ਉਹ ਕੀ ਨਾਮ ਹੈ ਉਹਦਾ? ਆਕਸੀਜਨ ਕੰਸਨਟ੍ਰੇਟਰ ਹੈਗੇ ਆ, ਇਹ UK ਵਾਲਿਆਂ ਨੇ ਸਾਨੂੰ ਡੋਨੇਟ ਕੀਤੇ ਹੈਗੇ। ਹਾਂ UK ਵਾਲਿਆਂ ਨੇ, ਸ਼ਾਇਦ ਮੈਂ ਇਹਦੀ ਖਬਰ ਲਗਾਈ ਵੀ ਸੀ। ਹਾਂਜੀ ਹਾਂਜੀ ਬਸ ਹਾਂ UK ਵਾਲਿਆਂ ਨੇ। ਹਾਂਜੀ ਸੋ ਸ਼੍ਰੀ ਗੁਰੂ ਰਵਿਦਾਸ ਮਹਾਸਭਾ ਤੋਂ ਸਮਥਿੰਗ। ਹਾਂਜੀ ਜੀ ਇਹ ਮੋਨੀਟਰਸ ਹੈਗੇ, ਇਸੇ ਫੋਨ ਮੋਨੀਟਰ ਤੇ ਆਕਸੀਜਨ ਪਲਸ ਹਾਰਟ ਰੇਟ BP ਸਾਰਾ ਇਹਦੇ ਵਿੱਚ ਤੁਸੀਂ ਹੁਣ ਚੰਗਾ ਮਹਿਸੂਸ ਕਰਦੇ ਆ? ਓਕੇ ਤੁਸੀਂ ਦੇਖ ਸਕਦੇ ਹੋ ਕਿ ਮਰੀਜ਼ ਨੂੰ ਕੁਛ ਹੀ ਘੰਟਿਆਂ ਦੇ ਵਿੱਚ ਜਿਹੜਾ ਆਰਾਮ ਹੈਗਾ ਆ ਉਹ ਮਿਲਦਾ ਨਜ਼ਰ ਆ ਰਿਹਾ ਹੈਗਾ। ਸੋ ਹੱਡੀਆਂ ਦੇ ਰੋਗਾਂ ਦੇ ਮਾਹਰ, ਸੋ ਹੱਡੀਆਂ ਦਾ ਡਾਕਟਰ ਹੇਮਰਾਜ ਸਿੰਧੀਲਾ ਔਰਥੋ, ਬੇਟਾ ਲਾਈਟ ਸਿਖਾਉਣਾ ਜਰਾ ਪਲੀਜ਼। ਇਹ ਮਰੀਜ਼ ਨੇ ਜਿਹਨਾਂ ਦੀ ਇੱਥੇ ਸਰਜਰੀ ਵੀ ਹੁੰਦੀ ਆ, ਸਰਜਰੀ ਜਿਹੜੀ ਹੈਗੀ ਆ ਇਹ ਮਾਤਾ ਜੀ ਉਹਨਾਂ ਦੀ ਸਰਜਰੀ। ਬੇਟਾ ਕਾਹਦੀ ਸਰਜਰੀ ਹੋਈ ਸੀ ਇਹਨਾਂ ਦੀ ਇੱਥੇ? ਇੱਥੇ ਪਿੱਤਾ ਰਿਮੂਵ ਕੀਤਾ ਗਿਆ ਹੈ ਨਾ, ਸੋ ਪਿੱਤੇ 'ਚ ਪੱਥਰੀ ਸੀ ਜਾਂ ਸਮਥਿੰਗ ਸਵੈਲਿੰਗ? ਨਹੀਂ ਪੱਥਰੀ ਸੀ ਸਰ। ਇਹ ਹੁਣ ਆਪਰੇਸ਼ਨ ਕਦੋਂ ਹੋਇਆ? ਕੱਲ ਸ਼ਾਮੀ ਸਰ। ਹੁਣ ਕਿੱਦਾਂ ਫੀਲ ਕਰ ਰਹੇ ਆ? ਹਾਂਜੀ ਵਧੀਆ ਫੀਲ ਕਰ ਰਹੇ ਆ। ਤੁਹਾਨੂੰ ਕਿੱਦਾਂ ਦਾ ਲੱਗਾ ਇਸ ਹਸਪੀਟਲ ਜਾ ਕੇ? ਵਧੀਆ ਸਰ ਹਸਪੀਟਲ। ਕਿਹੜਾ ਪਿੰਡ ਤੁਹਾਡਾ? ਮੇਰਾ ਪਿੰਡ ਕੋਟਪੂਰੀ। ਕੋਟਪੂਰੀ ਤੋਂ ਤੁਸੀਂ? ਅੱਛਾ ਕੋਟਪੂਰੀ ਦੇ ਵਿੱਚ ਡਾਕਟਰ ਸ਼ਰਮਾ ਜੀ ਵੀ ਹੈਗੇ ਆ ਇੱਕ ਨਾ? ਹਾਂਜੀ ਸਰ। ਉਹ ਮੇਰੇ ਕਾਫੀ ਬਾਤ ਨੇ, ਕੋਈ ਨਹੀਂ ਇਹ ਲਾਈਨ ਵਿੱਚੋਂ ਕੱਟ ਦਿਆਂਗੇ ਅਸੀਂ। ਤੁਹਾਡੇ ਸਰਪੰਚ ਦਾ ਨਾਮ ਸ਼ਾਇਦ ਗੁਰਮੇਲ ਸਿੰਘ ਹੈ? ਹਾਂਜੀ ਸਰ। ਉਹ ਕਾਫੀ ਨੀਅਰ ਅਬਾਊਟ ਨੇ ਮੇਰੇ ਹਨਾ। ਸੋ ਕੰਮ ਦੀ ਗੱਲ ਕਰਦੇ ਹਾਂ, ਇਹ ਮੇਰੇ ਮਾਤਾ ਜੀ ਹੈਗੇ ਆ, ਇਹਨਾਂ ਦੀ ਪਿੱਤੇ ਦੀ ਪੱਥਰੀ ਇੱਥੇ ਰਿਮੂਵ ਕੀਤੀ ਗਈ ਆ, ਮਤਲਬ ਤੁਸੀਂ ਬਹੁਤ ਘੱਟ ਰੇਟਾਂ ਤੇ ਇੱਥੇ ਸਰਜਰੀ ਵੀ ਕਰਵਾ ਸਕਦੇ ਹੋ। ਮਾਤਾ ਜੀ ਉੱਠੋ, ਸੁੱਤੇ ਪਏ ਆ। ਸੋ ਹਾਂਜੀ ਕਿੱਦਾਂ ਹਾਲ ਤੁਹਾਡਾ? ਠੀਕ ਹੈ? ਹਾਂਜੀ ਮਾਤਾ ਜੀ, ਤੁਹਾਨੂੰ ਆਪਰੇਸ਼ਨ ਵੇਲੇ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ? ਚੰਗਾ ਮਹਿਸੂਸ ਕਰਦੇ ਆ ਤੁਸੀਂ? ਓਕੇ ਮਾਤਾ ਜੀ ਦਾ ਕਹਿਣਾ ਕਿ ਅਸੀਂ ਬੈਟਰ ਫੀਲ ਕਰਦੇ ਹੈਗੇ ਹਾਂ। ਸੋ ਡਾਕਟਰ ਸਾਹਿਬ ਆਪਣਾ ਨਾਮ, ਤੁਸੀਂ ਇੰਨੀ ਸੇਵਾ ਕਰ ਰਹੇ ਹੋ ਨਾਲ? ਮੇਰਾ ਨਾਮ ਡਾਕਟਰ BS ਬਲ। BS ਬਲ? ਸੋ ਡਾਕਟਰ BS ਬਲ ਸਾਨੂੰ ਇਸ ਹੋਸਪਿਟਲ ਬਾਰੇ ਇੰਟਰੋਡਿਊਸ ਕਰਾ ਰਹੇ ਨੇ, ਸੋ ਅਸੀਂ ਅੱਗੇ ਜਾਵਾਂਗੇ। ਸੋ ਬਹੁਤ ਨਾਈਸ ਪਰਸਨ ਨੇ, ਮਿਲਣਸਾਰ ਨੇ। ਸੋ ਤੁਹਾਨੂੰ ਜਨਰਲ ਵਾਰਡ ਦਾ ਐਕਸਰੇ ਵਿਭਾਗ ਹੈ ਤਾਂ? ਹੈ ਦੇਖੋ, ਪੇਸ਼ੈਂਟ ਜਿਹੜੇ ਹੈਗੇ ਆ ਉਹ ਆਪਣਾ ਸੁਵਿਧਾਵਾਂ ਦਾ ਫਾਇਦਾ ਲੈ ਰਹੇ ਨੇ। ਕੀ ਗੱਲ ਹੋ ਗਈ ਸੀ? ਹੁਣ ਤੁਸੀਂ ਚੰਗਾ ਮਹਿਸੂਸ ਕਰਦੇ ਹੋ? ਹੁਣ ਠੀਕ ਆ। ਅਰੇ ਵਾਹ। ਸੋ ਕਦੋਂ ਆਏ ਸੀ ਤੁਸੀਂ?
ਤਿੰਨ ਦਿਨਾਂ 'ਚ ਤੁਸੀਂ ਬੈਟਰ ਫੀਲ ਕਰਦੇ ਹੋ। ਸੋ ਬਹੁਤ ਹੀ ਚੰਗੀ ਗੱਲ ਹੈਗੀ ਆ, ਡਾਕਟਰਾਂ ਦੀ ਮਿਹਨਤ ਜਿਹੜੀ ਆ ਉਹ ਕੰਮ ਕਰ ਰਹੀ ਆ, ਡਾਕਟਰ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਨੇ। ਸੋ ਇਹ ਆਪਟੀਕਲ ਸ਼ੌਪ ਹੈਗੀ ਆ, ਇੱਥੇ ਤੁਸੀਂ ਆਪਣੀ ਐਨਕ ਖਰੀਦ ਸਕਦੇ ਹੋ, ਬਣਾ ਸਕਦੇ ਹੋ। ਸੋ ਹਾਂ, ਇਹ ਐਮਰਜੈਂਸੀ ਸਭ ਤੋਂ ਜ਼ਿਆਦਾ ਜਿਹੜੀ ਤੁਹਾਡੇ ਵਾਸਤੇ ਦਿਖਾਉਣ ਵਾਲੀ ਚੀਜ਼ ਹੈਗੀ ਆ ਉਹ ਹੈਗੀ ਐਮਰਜੈਂਸੀ। ਇਹ ਐਮਰਜੈਂਸੀ ਪੇਸ਼ੈਂਟਸ ਨੇ ਜੋ, ਸੋ ਇੱਥੇ ਤੁਸੀਂ ਐਮਰਜੈਂਸੀ ਵੀ ਆਪਣਾ ਫਾਇਦਾ ਉਠਾ ਸਕਦੇ ਹੋ। ਬਿਲਡਿੰਗ ਦਾ ਜਿਹੜਾ ਦੂਸਰਾ ਹੈਗਾ ਆ ਉਹ ਬਹੁਤ ਹੀ ਵਧੀਆ ਢੰਗ ਨਾਲ ਆਰਕੀਟੈਕਟ ਕੀਤਾ ਹੋਇਆ, ਤੁਸੀਂ ਦੇਖ ਸਕਦੇ ਹੋ ਕਿ ਐਮਰਜੈਂਸੀ ਡਾਇਰੈਕਟ ਅੰਦਰ ਤੁਸੀਂ ਆ ਸਕਦੇ ਹੋ ਬਿਨਾਂ ਸਮਾਂ ਗਵਾਏ ਘੁੰਮਣ ਫਿਰਨ ਤੋਂ। ਸੋ ਇਹ ਵੀ ਐਮਰਜੈਂਸੀ ਪੇਸ਼ੈਂਟ ਨੇ। ਅੱਛਾ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਨਾਮ ਤੁਹਾਡਾ? ਆਪਰੇਸ਼ਨ ਤੁਹਾਨੂੰ ਕਿੱਦਾਂ ਲੱਗਾ? ਹੁਣ ਚੰਗਾ ਮਹਿਸੂਸ ਕਰਦੇ ਹੋ? ਕਿਹੜੇ ਪਿੰਡ ਤੋਂ? ਰਸੂਲਪੁਰ, ਉਹ ਬੰਗਿਆਂ ਵਾਲੇ ਸਾਡੇ ਨਹੀਂ, ਸੋਰੀ, ਕਰਨਾਣੇ ਵਾਲੇ ਸਾਈਡ ਦੇ, ਮੈਨੂੰ ਇਹ ਨਹੀਂ ਪਤਾ ਤੁਹਾਨੂੰ ਬੰਗਿਆਂ ਵਾਲੇ ਪਾਸੇ ਘੁੰਮਣਾ। ਕਿਵੇਂ ਦਾ ਲੱਗਾ ਤੁਹਾਨੂੰ ਇੱਥੇ ਆ ਕੇ? ਇੱਕ ਮਿੰਟ। ਹਾਂਜੀ ਬੇਟਾ, ਤੁਹਾਡਾ ਕੀ ਨਾਮ ਹੈ? ਕਿੱਥੋਂ ਆਏ ਹੋ ਤੁਸੀਂ? ਰਸੂਲਪੁਰ ਤੋਂ ਆਏ ਸਰ। ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਹਸਪਤਾਲ ਜਾ ਕੇ? ਸਰ ਬਹੁਤ ਵਧੀਆ, ਬਹੁਤ ਵਧੀਆ ਹੋਸਪਿਟਲ ਆ, ਬਹੁਤ ਵਧੀਆ ਕੇਅਰ ਕਰਦੇ ਆ, ਮਰੀਜ਼ ਦੀ ਪੂਰੀ ਪੇਸ਼ੈਂਟ ਦੀ ਫੈਮਿਲੀ ਵਾਂਗੂ ਕੇਅਰ ਕਰਦੇ ਆ। ਤੁਹਾਨੂੰ ਰੇਟ 'ਚ ਵੀ ਕੁਛ ਬਾਕੀ ਨਾਲੋਂ ਫਰਕ ਲੱਗਦਾ ਕਿ ਜਿੱਦਾਂ ਬਾਕੀ ਪ੍ਰਾਈਵੇਟ ਹਸਪਤਾਲਾਂ 'ਚ ਲੋਕ ਇਲਾਜ ਕਰਾ ਕੇ ਆਪਣੇ ਆਪ ਨੂੰ ਚੀਕਦੇ ਆ? ਨਹੀਂ ਸਰ, ਬਹੁਤ ਵਧੀਆ ਆ, ਬਾਕੀ ਨਾਲੋਂ ਫਰਕ ਆ, ਘੱਟ ਆ ਰੇਟ, ਬਹੁਤ ਘੱਟ ਰੇਟ। ਹਾਂਜੀ, ਬਹੁਤ ਘੱਟ। ਸੋ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਦਾ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਹੋਇਆ ਹੈਗਾ। ਸੋ ਸਾਰੇ ਇੰਸਟਰੂਮੈਂਟਸ ਜਿਹੜੇ ਹੈਗੇ, ਹਾਂ ਪੱਥਰੀ ਦਿਖਾਓ ਜਿਹੜਾ ਪੱਥਰੀ ਤੁਹਾਡੇ ਸਿਰ ਕੋਲੇ ਰੱਖੀ ਹੋ ਆ, ਸਾਰੀ ਇਹਨਾਂ ਨੇ ਪਿੱਤਾ ਹੀ ਰਿਮੂਵ ਕਰ ਦਿੱਤਾ ਨਾ, ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਇਹਨਾਂ ਨੇ ਜੋ ਸਿਗਾ ਪਿੱਤਾ ਨੂੰ ਰਿਮੂਵ ਕਰ ਦਿੱਤਾ, ਉਹ ਉਹਨਾਂ ਦੇ ਪਾ ਕੇ ਇਹਨਾਂ ਨੇ ਕੋਲ ਰੱਖੀ ਹੋ, ਨਹੀਂ ਤਾਂ ਵਰਨਾ ਸਰਕਾਰੀ ਆਮ ਹੋਸਪਿਟਲਾਂ ਦੇ ਵਿੱਚ ਦੱਸਦੇ ਕੁਛ ਆ ਅਤੇ ਕਰਦੇ ਕੁਛ ਆ। ਤੁਸੀਂ ਦੇਖ ਸਕਦੇ ਹਰ ਪੇਸ਼ੈਂਟ ਦੇ ਨਾਲ ਇੱਕ ਇੰਸਟਰੂਮੈਂਟ ਜੋ ਲੱਗੇ ਹੋਏ ਨੇ, ਆਕਸੀਜਨ ਵਗੈਰਾ ਦੇ ਜੋ ਮੋਨੀਟਰ ਲੱਗੇ ਹੋਏ ਨੇ। ਸੋ ਖਾਸ ਕਰਕੇ ਜਿਹੜੀ ਫੈਸਿਲਿਟੀਜ਼ ਹੈਗੀ ਆ ਉਹ ਹਾਈ ਕਲਾਸ ਦੀ ਨਜ਼ਰ ਆਉਂਦੀ ਹੈਗੀ ਆ। ਇਹ ਸਾਡੀਆਂ ਬੀਬੀਆਂ ਭੈਣਾਂ ਦਾ ਕਮਰਾ ਹੈਗਾ ਹਨ ਸਟਾਫ 'ਤੇ। ਹਾਂ ਬੇਟਾ, ਕਿੱਦਾਂ ਦਾ ਫੀਲ ਕਰਦੇ ਤੁਸੀਂ ਇੱਥੇ ਜੋਬ ਕਰਕੇ? ਬੜੀ ਨੇਮ, ਕੀ ਨਾਮ ਹੈ? ਕਿਹੜਾ ਪਿੰਡ ਤੁਹਾਡਾ? ਹਾਂ ਰਸੂਲਪੁਰ। ਬੇਟਾ ਤੇਰਾ ਆਂਚਲ, ਤੁਹਾਡਾ ਕਿਹੜਾ ਪਿੰਡ ਹੈ? ਤੁਹਾਨੂੰ ਇੱਥੇ ਜੋਬ ਕਰਕੇ ਕਿੱਦਾਂ ਦਾ ਲੱਗਦਾ? ਸਟਾਫ ਤੁਹਾਡਾ, ਸੀਨੀਅਰ ਜਿਹੜੇ ਡਾਕਟਰਸ ਨੇ, ਕਿਹੋ ਜਿਹੇ ਨੇ? ਸਟਾਫ ਨਾਲ ਗੱਲ ਕਰਦੇ ਹਾਂ, ਉਹ ਕਿੱਦਾਂ ਦਾ ਮਹਿਸੂਸ ਕਰਦੇ ਨੇ? ਹਾਂਜੀ ਭੈਣ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਵਨੀਤਾ। ਹਾਂਜੀ, ਕਿਹੋ ਜਿਹਾ ਮਹਿਸੂਸ ਕਰਦੇ ਤੁਸੀਂ? ਬਹੁਤ ਜ਼ਿਆਦਾ ਵਧੀਆ ਇੱਥੇ ਆ ਕੇ, ਬਹੁਤ ਜ਼ਿਆਦਾ ਵਧੀਆ, ਮਤਲਬ ਜੋ ਅਸੀਂ ਨਹੀਂ ਵੀ ਸੋਚਿਆ ਸੀ ਉਸ ਤੋਂ ਵੀ ਬਹੁਤ ਜ਼ਿਆਦਾ ਵਧੀਆ ਆ। ਠੀਕ ਹੈ, ਹਰ ਇੱਕ ਪੇਸ਼ੈਂਟ ਦੀ ਬਹੁਤ ਆਪਣੇ ਫੈਮਿਲੀ ਮੈਂਬਰ ਵਾਂਗੂ ਕੇਅਰ ਕਰ ਰਹੇ ਹਾਂ, ਹਰ ਇੱਕ ਤਰ੍ਹਾਂ ਦੀ ਸਰਜਰੀ ਵੀ ਹੋ ਰਹੀ ਹੈ, ਨੋਰਮਲ ਡਿਲੀਵਰੀ ਸਜ਼ੇਰੀਆਂ ਜੋ ਵੀ ਆ, ਮਤਲਬ ਸਾਰਾ ਓਟੀ ਦਾ ਅਸੀਂ ਖੁਦ ਅਟੈਂਡ ਕਰਦੇ ਪਏ ਹਾਂ। ਠੀਕ ਹੈ, ਅਤੇ ਅਸੀਂ ਬਹੁਤ ਵਧੀਆ ਵੀ ਫੈਸਿਲਿਟੀਆਂ ਦੇ ਰਹੇ ਹਾਂ ਪੇਸ਼ੈਂਟ ਨੂੰ, ਕਦੇ ਪੇਸ਼ੈਂਟ ਨੂੰ ਵੀ ਇਹ ਗੱਲ ਨਹੀਂ ਮਹਿਸੂਸ ਹੋਈ ਕਿ ਅਸੀਂ ਮਤਲਬ ਹੋਸਪਿਟਲ 'ਚ ਬੈਠੇ ਹਾਂ। ਹਰ ਇੱਕ ਪੇਸ਼ੈਂਟ ਦੀ ਵੀ ਥੋੜ੍ਹੀ ਲੈ ਕੇ ਦੇਖ ਲਈ ਉਹ ਕਿ ਪੇਸ਼ੈਂਟ ਹਰ ਇੱਕ ਇਹੀ ਕਹਿੰਦਾ ਕਿ ਸਾਨੂੰ ਇੱਥੇ ਘਰ ਵਾਂਗੂ ਮਤਲਬ ਫੀਲ ਹੋਇਆ ਆ, ਕਿ ਸਾਨੂੰ ਇਹ ਨਹੀਂ ਲੱਗਾ ਕਿ ਅਸੀਂ ਹੋਸਪਿਟਲ ਦੇ ਵਿੱਚ ਪਏ ਹੋਏ ਹਾਂ। ਅਤੇ ਮਤਲਬ ਜੋ ਵੀ ਹੁਣ ਇਹ ਵੀ ਇੱਕ ਪੋਜ਼ਿਟਿਵ ਪੁਆਇੰਟ ਹੈ ਜੀ, ਪੇਸ਼ੈਂਟ ਨੂੰ ਆਪਣਾ ਘਰ ਮਹਿਸੂਸ ਕਰਾਉਣਾ, ਅੱਧਾ ਮਰੀਜ਼ ਤਾਂ ਉੱਦਾਂ ਠੀਕ ਹੋ ਜਾਂਦਾ। ਕਿਹੋ ਜਿਹਾ ਮਹਿਸੂਸ ਕਰਦੇ ਬੱਚੇ ਜੋਬ ਕਰਕੇ ਇੱਥੇ? ਵਧੀਆ। ਚਲੋ, ਇੰਨੀ ਗੱਲ ਤਾਂ ਤੁਸੀਂ ਪਹਿਲਾਂ ਵੀ ਕਹਿ ਦਿੱਤੀ ਸੀ, ਚਲੋ ਛੱਡੋ ਕੇ ਚੱਲਦੇ ਹਾਂ।
ਹਾਂ ਤੁਹਾਨੂੰ ਅਸੀਂ ਯਾਦ ਕਰਾ ਦਈਏ ਕਿ ਇੱਥੇ ਲੈਬੋਰਟਰੀ ਹੈਗੀ ਹੈ, ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਹੋਸਪਿਟਲ ਥਾਂਦੀਆਂ ਤੋਂ। ਮੈਡਮ ਜੀ ਲੈਬੋਰਟਰੀ ਟੈਕਨੀਸ਼ੀਅਨ ਦੀ ਫੈਸਿਲਿਟੀ ਇੱਥੇ ਹੈਗੀ ਆ, ਕੈਸੇ ਹੋ ਮੈਮ? ਕਿਹੜੀ ਕਿਹੜੀ ਸਹੂਲਤ ਦੇ ਹੋ ਮਰੀਜ਼ਾਂ ਨੂੰ? ਸਰ ਇੱਥੇ ਲੈਬ ਟੈਸਟ ਸਾਰੇ ਹੋ ਜਾਂਦੇ ਆ, ਓਕੇ, ਜਿੰਨੇ ਵੀ ਬੋਡੀ ਦੇ ਆ ਪੇਸ਼ੈਂਟ ਦੇ। ਹਾਂਜੀ, ਅਤੇ ਇੱਥੇ ਐਨਾਲਾਈਜ਼ਰ ਅਵੇਲੇਬਲ ਆ ਅਤੇ ਸਾਡੇ ਨਾਲ ਸਟਾਫ ਅੱਛਾ ਤੁਹਾਡੇ ਹੈਲਪਰ ਨੇ? ਹਾਂਜੀ। ਓਕੇ ਓਕੇ। ਸੋ ਕੋਈ ਕਰੋਨਾ ਦੇ ਵਿੱਚ ਕੋਈ ਪ੍ਰੋਬਲਮ ਆਈ ਹੋਵੇ ਜਾਂ ਤੁਹਾਨੂੰ ਸਟਾਫ ਵੱਲੋਂ ਕੋਈ ਇੱਦਾਂ ਦੀ ਚੀਜ਼ ਜਿਹੜੀ ਤੁਸੀਂ ਤੁਹਾਨੂੰ ਨਹੀਂ ਪ੍ਰੋਵਾਈਡ ਕਰਾਉਂਦੇ ਹੋਵੋ? ਨਹੀਂ ਸਰ, ਸਾਨੂੰ ਔਰ ਮਟੀਰੀਅਲ ਅਵੇਲੇਬਲ ਆ। ਹਾਂਜੀ, ਮਤਲਬ ਹਰ ਇੱਕ ਟੈਸਟ ਜਿਹੜਾ ਮਰੀਜ਼ ਕਰਵਾ ਸਕਦਾ ਇੱਥੇ ਆ ਕੇ, ਉਹ ਵੀ ਬਹੁਤ ਘੱਟ ਰੇਟਾਂ 'ਤੇ। ਤੁਹਾਡਾ ਨਾਮ ਕੀ ਆ? ਅਮਨ। ਅਮਨ, ਇਹ ਸਨ ਲੈਬੋਰਟਰੀ ਟੈਕਨੀਸ਼ੀਅਨ ਅਮਨ ਜੀ। ਸੋ ਅਸੀਂ ਅਨਕੱਟ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਓਕੇ, ਇਹ ਕਟੋ। ਹਾਂਜੀ, ਸਤਿ ਸ਼੍ਰੀ ਅਕਾਲ, ਕੀ ਨਾਮ ਤੁਹਾਡਾ? ਕਿੱਦਾਂ ਦਾ ਮਹਿਸੂਸ ਕਰਦੇ ਅਸੀਂ ਡਾਕਟਰ ਕੋਲ ਆ ਕੇ? ਵਧੀਆ, ਇਲਾਜ ਹੋ ਗਿਆ ਤੁਹਾਡਾ ਹੈ? ਸੋ ਡਾਕਟਰਾਂ ਦਾ ਸੁਭਾਅ ਕਿਹੋ ਜਿਹਾ ਲੱਗਾ ਤੁਹਾਨੂੰ? ਵਧੀਆ ਲੱਗਾ, ਸਟਾਫ ਸਾਰਾ ਵਧੀਆ, ਸਟਾਫ ਸਾਰਾ ਹੀ ਬਹੁਤ ਵਧੀਆ ਹੈਗਾ, ਹੈ ਨਾ? ਸੋ ਕਿਹੜੇ ਪਿੰਡ ਤੋਂ ਆਏ ਤੁਸੀਂ? ਬੀਕਾ ਪਿੰਡ। ਬੀਕਾ, ਇਹ ਅਸੀਂ ਵੀਰਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਕੰਸਟਰਕਸ਼ਨ ਅਜੇ ਅਧੂਰੀ ਪਈ ਹੈਗੀ ਆ, ਜਿਹੜਾ ਰੋਪ ਹੈਗਾ ਇਹਨੂੰ ਜਿਹੜੀ ਗੱਡੀ ਵਗੈਰਾ ਜਾਂ ਆਪਣੀ ਐਂਬੂਲੈਂਸ ਆ ਸ਼ਾਇਦ ਉੱਪਰ ਆਏਗੀ, ਸਟਰੈਚਰ ਵਾਸਤੇ ਜਿਹੜਾ ਇਹ ਰੋਪ ਆ ਉਹ ਬਣਾਇਆ ਹੋਇਆ ਹੈਗਾ। ਸੋ ਇਹ ਕੁਛ ਅਧੂਰਾ ਹੈਗਾ ਆ, ਜੋ ਕੁਛ ਵੀਰ ਜੋ ਦਾਨ ਲਈ ਅੱਗੇ ਆਉਣਗੇ ਤਾਂ ਸ਼ਾਇਦ ਇਹ ਵੀ ਪੂਰਾ ਹੋ ਜਾਏਗਾ, ਹੈ ਨਾ? ਇੱਥੇ ਜਿੰਨੇ ਵੀ ਸਰਜਰੀ ਵਾਲੇ ਪੇਸ਼ੈਂਟ ਆ ਜਾਂ ਜਨਰਲ ਪੇਸ਼ੈਂਟ ਹੈਗੇ ਆ, ਉਹ ਸਾਰੇ ਅਸੀਂ ਇੱਥੇ ਐਡਮਿਟ ਕਰਦੇ ਹਾਂ ਓਪਰੇਸ਼ਨ ਤੋਂ ਬਾਅਦ। ਜੀ ਜੀ, ਅਤੇ ਜਨਰਲ ਵਾਰਡ ਤੁਹਾਨੂੰ ਦਿਖਾਉਂਦੇ ਹਾਂ ਜਿੱਥੇ ਆਮ ਪੇਸ਼ੈਂਟ ਜਿਹੜੇ ਹੈਗੇ ਆ ਉਹ ਐਡਮਿਟ ਕੀਤੇ ਜਾਂਦੇ ਆ। ਸੋ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਖਾਂਦੀਆਂ ਚੈਰੀਟੇਬਲ ਹੋਸਪਿਟਲ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਨਾਂ 'ਤੇ ਖੁੱਲ੍ਹਿਆ ਹੋਇਆ। ਡਾਕਟਰ ਬਲ ਸਾਹਿਬ ਸਾਨੂੰ ਇੰਟਰੋਡਿਊਸ ਕਰਾ ਰਹੇ, ਸਾਨੂੰ ਆ ਕੇ ਇੱਥੇ ਬਹੁਤ ਚੰਗਾ ਮਹਿਸੂਸ ਹੋਇਆ, ਸਟਾਫ ਬਹੁਤ ਹੀ ਮਿਹਨਤੀ ਹੈਗਾ ਇੱਥੇ ਸ਼ਾਇਦ ਡਰੈਸ। ਹਾਂ, ਐਕਸੀਡੈਂਟ ਕੇਸਿਸ ਵੀ ਇੱਥੇ ਅਟੈਂਡ ਕੀਤੇ ਜਾਂਦੇ, ਤੁਸੀਂ ਦੇਖ ਸਕਦੇ ਹੋ। ਫ੍ਰੈਕਚਰ ਹੋ ਗਿਆ ਸੀਗਾ ਇਹਨਾਂ ਦਾ, ਇੱਥੇ ਦੋਨੇ ਜਿਹੜੀਆਂ ਲੈਗਸ ਦੀਆਂ ਜਿਹੜੀ ਦੋਨੇ ਬੋਨ ਸੀਗੀਆਂ ਦੋਨੇ ਫ੍ਰੈਕਚਰ ਹੋ ਗਈਆਂ। ਓਕੇ ਓਕੇ। ਹਾਂਜੀ, ਤਾਂ ਫਿਰ ਇਹ ਜਿਹੜਾ ਆਪਾਂ ਸੰਡੇ ਨਾਈਟ ਵਾਸ ਨੂੰ ਆਪਾਂ ਇਹਦਾ ਕੀਤੀ ਸਰਜਰੀ, ਅਤੇ 21 ਦਿਨ ਬਾਅਦ ਜਿਹੜੀ ਰੋਡ ਹੈਗੀ ਉਹ ਪੈ ਗਈ, ਉਸ ਤੋਂ ਬਾਅਦ ਇਹ ਚੱਲਣ ਫਿਰਦੇ ਜੋ ਚੱਲਣ ਫਿਰਦੇ ਤੁਸੀਂ। ਹਾਂਜੀ, ਸਤਿ ਸ਼੍ਰੀ ਅਕਾਲ, ਕਿੱਦਾਂ ਦਾ ਮਹਿਸੂਸ ਕਰਦੇ ਹੋ? ਬਸ ਠੀਕ ਹੋ ਜਾਣਾ ਤੁਸੀਂ, ਬਹੁਤ ਚੰਗੇ ਹੋਸਪਿਟਲ ਆਏ ਹੋ, ਡਾਕਟਰ ਸਾਹਿਬ ਬਹੁਤ ਚੰਗੇ ਆ। ਸਾਰਾ ਕੰਮ ਉਸੇ ਸੇਮ ਡੇ ਹੀ ਕੀਤਾ ਜੀ, ਨਹੀਂ ਤਾਂ ਕਾਫੀ ਦੇਰ ਲੱਗ ਜਾਂਦੀ, ਔਰਥੋ ਦੇ ਕੇਸ ਸੇਮ ਡੇ ਕਰਨੇ ਔਖੇ ਹੁੰਦੇ ਆ। ਜਿਸ ਦਿਨ ਐਕਸੀਡੈਂਟ ਹੋਇਆ ਉਸੇ ਦਿਨ 2 ਘੰਟੇ ਸਿਰ ਦੇ ਸਟਿਚਿਜ਼ ਨੂੰ ਲੱਗ ਗਏ, ਅਤੇ ਉਸ ਤੋਂ ਬਾਅਦ ਟੀ ਵੀ ਅਤੇ ਫੁਵੀਲ ਆ ਦੋਨੇ ਫ੍ਰੈਕਚਰ ਸੀਗੇ, ਉਹ ਵੀ ਕੀਤੇ ਆ ਜੀ। ਸੋ ਬਹੁਤ ਇਮੀਡੀਏਟਲੀ ਸਾਰਾ ਬਹੁਤ ਜ਼ਿਆਦਾ ਬਲੀਡਿੰਗ ਸੀ ਇਹਨਾਂ ਦੇ, ਕੁਇਕ ਐਕਸ਼ਨ ਹੁੰਦਾ ਹੈਗਾ ਮਰੀਜ਼ 'ਤੇ, ਚਾਹੇ ਕੋਈ ਐਕਸੀਡੈਂਟ ਕੇਸ ਹੈ ਚਾਹੇ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈਗੀ ਆ। ਤੁਸੀਂ ਦੇਖ ਸਕਦੇ ਜਨਰਲ ਵਾਰਡ ਦੇ ਪੇਸ਼ੈਂਟਸ ਹੈਗੇ ਆ। ਭੈਣ ਜੀ, ਕਿੱਦਾਂ ਦਾ ਮਹਿਸੂਸ ਕਰਦੇ ਹੋ? ਇੱਥੇ ਬਹੁਤ ਵਧੀਆ ਹੈ ਜੀ, ਬਹੁਤ ਵਧੀਆ ਕੇਅਰ ਕਰਦਾ ਸਾਰਾ ਸਟਾਫ, ਬਹੁਤ ਵਧੀਆ ਹੈ। ਕਿਹੜਾ ਪਿੰਡ ਤੁਹਾਡਾ? ਸਾਡਾ ਪਿੰਡ ਖਾਨਖਾਨਾ। ਖਾਨਖਾਨਾ ਤੋਂ ਆਏ? ਓਕੇ ਓਕੇ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ, ਕੀ ਨਾਮ ਤੁਹਾਡਾ? ਨਿਸ਼ਾ। ਕਿਹੜਾ ਪਿੰਡ ਤੁਹਾਡਾ? ਖਾਨਖਾਨਾ। ਕੀ ਪ੍ਰੋਬਲਮ ਸੀ ਤੁਹਾਨੂੰ? ਮੇਰੇ ਪਿੱਤੇ 'ਚ ਪੱਥਰੀ ਸੀ। ਆ ਓਕੇ, ਪਿੱਤੇ 'ਚ ਪੱਥਰੀ, ਉਹਨਾਂ ਨੇ ਪਿੱਤਾ ਰਿਮੂਵ ਕਰਤਾ। ਹਾਂਜੀ ਹਾਂਜੀ, ਬਹੁਤ ਵਧੀਆ, ਜਾਬੀ ਵੜ ਦਿੱਤਾ। ਹਾਂ, ਮੌਜਾ ਕਰਿਓ, ਹੁਣ ਪਕੌੜੇ ਖਾ ਲਿਆ ਕਰਿਓ। ਹਾਂ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ ਜੀ? ਕਿਹੜਾ ਪਿੰਡ ਆਪਣਾ? ਬੜਾ ਪਿੰਡ। ਬੜਾ ਪਿੰਡ, ਉਹ ਗ੍ਰਾਂ ਲਾਗੇ, ਬੜੀ ਦੂਰੋਂ ਆਏ? ਵੈਰੀ ਗੁੱਡ। ਮਤਲਬ ਡਾਕਟਰਾਂ ਦੀ ਜਾਂ ਹੋਸਪਿਟਲ ਦੀ ਪਾਪੂਲੈਰਿਟੀ ਦੇਖ ਕੇ ਆਏ ਹੋ?
ਕਿੱਦਾਂ ਦਾ ਮਹਿਸੂਸ ਕਰਦੇ ਹੋ? ਬਹੁਤ ਵਧੀਆ। ਕੀ ਸਮੱਸਿਆ ਸੀ ਤੁਹਾਨੂੰ? ਹਰਨੀਆਂ ਸੀ। ਹਰਨੀਆਂ ਦਾ ਆਪਰੇਸ਼ਨ ਹੋਇਆ? ਆਪਰੇਸ਼ਨ ਹੋਇਆ, ਬੈਟਰ ਫੀਲ ਕਰਦੇ ਹੋ? ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਹਰਨੀਆਂ ਦਾ ਆਪਰੇਸ਼ਨ ਹੋਇਆ। ਮਰੀਜ਼ ਬਹੁਤ ਹੀ ਚੰਗਾ ਮਹਿਸੂਸ ਕਰਦੇ। ਬੜੇ ਪਿੰਡ ਤੋਂ, ਜੋ ਬੰਗਿਆਂ ਤੋਂ ਘੱਟ ਵੀ 50 ਕਿਲੋਮੀਟਰ 'ਤੇ ਸ਼ਾਇਦ ਪੈਂਦਾ ਹੋਏਗਾ, 50 ਕਿਲੋਮੀਟਰ ਤੋਂ। ਸੋ ਇਹ ਸਾਰੇ ਪੇਸ਼ੈਂਟ ਜਿਹੜੇ ਹੈਗੇ ਆ ਜਨਰਲ ਵਾਰਡ ਦੇ ਨੇ। ਗੁਰਦਾਸਪੁਰ ਤੋਂ? ਅੱਛਾ ਅੱਛਾ, ਗੁਰਦਾਸਪੁਰ ਤੋਂ ਅਸੀਂ ਆਏ। ਗੁਰਦਾਸਪੁਰ? ਹਾਂਜੀ। ਬਹੁਤ ਵਧੀਆ, ਬਹੁਤ ਵਧੀਆ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੇਟੈਸਟ ਟੈਕਨੋਲੋਜੀ ਨਾਲ ਰਿਲੇਟਡ ਸ਼੍ਰੀ ਗੁਰਦਾਸ ਮਹਾਰਾਜ ਚੈਰੀਟੇਬਲ ਹੋਸਪਿਟਲ ਦਾ ਓਪਰੇਸ਼ਨ ਥੀਏਟਰ ਜਿਹੜਾ ਹੈਗਾ ਆ। ਸੋ ਮੈਂ ਜਦ ਚਾਹੂੰਗਾ ਕਿ ਮੈਂ ਆਪਣੀ ਜੁੱਤੀ ਦਾ ਕਿੱਦਾਂ ਕਰਾਂ। ਸੋ ਇਜਾਜ਼ਤ ਲੈ ਲਈ ਆਪਾਂ, ਇਹ ਓਪਰੇਸ਼ਨ ਥੀਏਟਰ ਹੈਗਾ, ਆਪਾਂ ਤੁਹਾਨੂੰ ਇੰਟਰਨਲ ਜਿਹੜੀ ਫੈਸਿਲਿਟੀਜ਼ ਦਿਖਾਵਾਂਗੇ। ਡਾਕਟਰ ਸਾਹਿਬ ਸਾਨੂੰ ਇੰਟਰੋਡਿਊਸ ਕਰਾਉਣਗੇ, ਬਲ ਸਾਹਿਬ ਡਾਕਟਰ ਨੇ। ਸੋ ਵੈਸੇ ਸਟਰਲਾਈਜ਼ ਹੋਣਾ ਚਾਹੀਦਾ ਸਾਰਾ, ਬਟ ਕੋਈ ਨਹੀਂ। ਸੋ ਕਾਫੀ ਲੇਟੈਸਟ ਟੈਕਨੋਲੋਜੀ ਦੇ ਨਾਲ ਜਿਹੜਾ ਹੈਗਾ ਆ ਇਹ ਓਪਰੇਸ਼ਨ ਥੀਏਟਰ ਤੁਸੀਂ ਦੇਖ ਸਕਦੇ ਹੋ। ਸੋ ਆਕਸੀਜਨ ਸਿਲੰਡਰ, ਵੈਂਟੀਲੇਟਰ ਵਗੈਰਾ, ਹਾਂਜੀ, ਓਕੇ, ਸਭ ਕੁਛ ਅਟੈਚ ਹੈਗਾ। ਨਾਲ ਸਕਰੀਨ ਵੀ ਹੈਗੀ ਆ ਜਿੱਥੇ ਤੁਸੀਂ ਪੇਸ਼ੈਂਟ ਦੀ ਹਾਲਤ ਜਿਹੜੀ ਆ ਉਹ ਪੇਸ਼ੈਂਟ ਆਪਣੀ ਸਕਰੀਨ 'ਤੇ ਦੇਖ ਸਕਦਾ। ਡਾਕਟਰ ਵੀ ਲੇਟੈਸਟ ਟੈਕਨੋਲੋਜੀ ਦਾ ਸਹਾਰਾ ਲੈ ਕੇ ਓਪਰੇਸ਼ਨ ਕਰ ਸਕਦੇ ਆ। ਤੁਸੀਂ ਦੇਖ ਸਕਦੇ ਹੋ ਇਹ ਇੱਥੇ ਦਾ ਓਪਰੇਸ਼ਨ ਥੀਏਟਰ ਹੈਗਾ। ਡਾਕਟਰ ਬਲ ਸਾਹਿਬ ਸਾਨੂੰ ਇੰਟਰੋਡਿਊਸ ਕਰਾ ਰਹੇ ਨੇ, ਐਮਰਜੈਂਸੀ ਮੈਡੀਸਨਸ ਪਈਆਂ ਨੇ। ਸੋ ਬਹੁਤ ਹੀ ਹਾਈ ਕੁਆਲਿਟੀ ਦਾ ਏਸੀ ਲੱਗਾ ਹੋਇਆ, ਤੁਸੀਂ ਦੇਖ ਸਕਦੇ ਹੋ ਉੱਪਰ। ਸੋ ਪੇਸ਼ੈਂਟ ਨੂੰ ਕੋਈ ਤਕਲੀਫ ਨਾ ਆਵੇ, ਗਰੀਬ ਬੰਦੇ ਨੂੰ ਕੋਈ ਮਹਿਸੂਸ ਨਾ ਹੋਵੇ ਕਿ ਉਹ, ਤੁਸੀਂ ਦੇਖ ਸਕਦੇ ਹੋ ਇਹ ਰੈਸਪੀਰੇਟਰ ਹੈਗੇ ਆ, ਸਭ ਕੁਛ ਆਲ ਫੈਸਿਲਿਟੀਜ਼ ਅਵੇਲੇਬਲ ਹੈਗੇ, ਤੁਸੀਂ ਦੇਖ ਸਕਦੇ ਹੋ। ਸੋ ਬਹੁਤ ਚੰਗਾ ਲੱਗਾ, ਤੁਸੀਂ ਲਾਭ ਉਠਾ ਸਕਦੇ ਹੋ ਠੰਡੀਆਂ ਤੋਂ। ਹੋਸਪਿਟਲ ਗੁਰੂ ਗੋਬਿੰਦ ਰਵਿਦਾਸ ਮਹਾਰਾਜ ਜੀ ਦੇ ਮਹਾਰਾਜ ਨਾਮ 'ਤੇ ਹੈਗਾ, ਇਹ ਓਪਨ ਹੋਇਆ ਹੈਗਾ, ਕਾਫੀ ਪੁਰਾਣਾ ਹੈਗਾ। ਸ਼ਾਇਦ ਤੁਸੀਂ ਵਾਕਫ ਨਾ ਹੋਵੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਪੂਰਾ ਲਾਭ ਲੈ ਸਕ। ਜੈ ਗੁਰਦੇਵ, ਧੰਨ ਗੁਰਦੇਵ ਜੀ। ਪਬਲਿਕ ਨੂੰ ਔਰ NRA ਵੀਰਾਂ ਨੂੰ ਜਿਹੜੇ ਇੰਡੀਅਨ ਓਵਰਸੀਜ਼ ਬੈਠੇ ਹੈਗੇ ਆ, ਮੈਂ ਉਹਨਾਂ ਨੂੰ ਬਸ ਬੇਨਤੀ ਕਰਨੀ ਹੈ ਕਿ ਵੀ ਇਸ ਹੋਸਪਿਟਲ ਨੂੰ ਅਪਲਿਫਟ ਕਰਨ ਵਾਸਤੇ, ਉੱਚਾ ਚੁੱਕਣ ਵਾਸਤੇ, ਗੁਰੂ ਮਹਾਰਾਜ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਮੈਂ ਬੇਨਤੀ ਕਰਾਂਗਾ ਕਿ ਜਿੰਨੀ ਵੱਧ ਤੋਂ ਵੱਧ ਆਰਥਿਕ ਮਦਦ ਹੋ ਸਕਦੀ ਹੈ ਉਹ ਸਾਡੇ ਹੋਸਪਿਟਲ ਨੂੰ ਕੀਤੀ ਜਾਵੇ। ਥੈਂਕ ਯੂ।